ਪਾਰਕ ਦੇ ਵਿੱਚ ਯੂਰਪੀਅਨ ਆਰਕੀਟੈਕਚਰ ਦਾ ਨਮੂਨਾ ਇੱਕ ਕੁਈਨ ਵਿਕਟੋਰੀਆ ਦਾ ਬੁੱਤ ਪਾਰਕ ਦੇ ਵਿੱਚ ਲੱਗਿਆ ਬਣਾ ਰਿਹਾ ਥੋੜ੍ਹੀ ਜਿਹੀ ਹਾਂ ਓਕੇ ਓਕੇ ਚਲੋ ਬਣਾਉਂਦੇ ਚਲੋ ਮੂੰਬਾ ਫੈਸਟੀਵਲ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਜੀ ਮੈਲਬਨ ਦੇ ਵਿੱਚ ਲੱਗਾ ਮੂਮਬਾ ਫੈਸਟੀਵਲ ਉਹ ਵੇਖ ਚਾਰ ਦਿਨ ਦਾ ਮੇਲਾ ਹੈ ਜੀ ਇੱਥੇ ਸੋਮਵਾਰ ਦੀ ਛੁੱਟੀ ਆ ਉਹਦੇ ਕਰਕੇ ਪੂਰਾ ਭਖਿਆ ਜਗਾੜ ਬੜੇ ਲੋਕ ਆ ਹੁਣ ਸ਼ਾਮ ਦਾ ਵੇਲਾ ਹੋ ਗਿਆ ਅਤੇ ਸਵੇਰੇ 10 ਵਜੇ ਸ਼ੁਰੂ ਹੋ ਜਾਂਦਾ ਕੰਮ ਇੱਥੇ ਵੀਰਵਾਰ ਤੋਂ ਲੈ ਕੇ ਇੱਥੇ ਪਰੇਡ ਪਰੂਡ ਵੀ ਕਾਫੀ ਹੋਈ ਅਤੇ ਬੜੇ ਲੋਕ ਆ ਬਹੁਤ ਜ਼ਿਆਦਾ ਵੇਖਦੇ ਆ ਹੁਣ ਕੀ ਪਛਾਣ ਅਤੇ ਇਹ ਹੈਗਾ ਜੀ 11 ਦੀ ਉਮਰ ਦੇ ਆਪਣੇ ਕੰਢੇ 'ਤੇ ਹੁੰਦਾ ਇਹ ਮੈਲਬਨ ਸ਼ਹਿਰ ਦੇ ਵਿੱਚ ਅਤੇ ਆਪਣੇ ਲੋਕ ਬੜੇ ਨੇ ਇੰਡੀਅਨਸ ਆਪਣੇ ਪੰਜਾਬੀ ਬੜੇ ਆ ਬੰਦੇ ਵੇਖਦੇ ਹਾਂ ਚਲੋ ਅੱਗੇ ਕੀ ਕੁਛ ਹੈ ਇਹਦੇ 'ਚ ਚੱਲ ਪਿਆ ਚੰਡੋਲ ਲਾਈਟਾਂ ਵੇਖੋ ਲਾਈਆਂ ਇਹਨਾਂ ਨੇ ਫੁੱਲ ਸ਼ਾਮ ਦਾ ਵੇਲਾ ਹੋ ਗਿਆ ਹਨੇਰਾ ਹੋਣ ਵਾਲਾ ਇਹਦੇ ਕਰਕੇ ਲਾਈਟਾਂ ਲੁਟਾਂ ਵਾਹ ਚਮਕਦੀਆਂ ਜ਼ਿਆਦਾ Frontside crooked grind, pinching it proper. Backside Smith. ਜਿਵੇਂ ਪਿੰਡਾਂ ਦੇ ਵਿੱਚ ਕੁਸ਼ਤੀ ਦੇ ਮੁਕਾਬਲੇ ਇਹੋ ਜਿਹਾ ਕੁਛ ਹੁੰਦਾ ਹੁੰਦਾ ਇੱਥੇ ਆਹ ਸਕੇਟਿੰਗ ਦੇ ਮੁਕਾਬਲੇ ਹੋ ਰਹੇ ਨੇ ਇੱਥੇ ਕਾਫੀ ਸਟੇਟ ਤੋਂ ਕੁਈਨਜ਼ਲੈਂਡ ਵਗੈਰਾ ਤੋਂ ਅੱਡ ਅੱਡ ਲੋਕ ਥਾਵਾਂ ਤੋਂ ਲੋਕ ਆਏ ਹੋਏ ਨੇ ਮੂੰਬਾ ਫੈਸਟੀਵਲ ਚੱਲਦਾ ਜੀ 4 ਦਿਨ ਇੱਥੇ ਲੌਂਗ ਵੀਕਐਂਡ ਹੁੰਦਾ ਕਿ ਵੀ ਇੱਕ ਸੋਮਵਾਰ ਦੀ ਛੁੱਟੀ ਹੁੰਦੀ ਆ ਅਤੇ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਇੱਥੇ ਕੋਈ ਮੱਸਿਆ ਨਹੀਂ ਕੋਈ ਸਮਾਧਾਂ ਦਾ ਮੇਲਾ ਨਹੀਂ ਕੋਈ ਇਸਦੀ ਕੋਈ ਪੂਰਨਮਾਸ਼ੀ ਨਹੀਂ ਗੋਰਿਆਂ ਦਾ ਹੈਗਾ ਜੀ 4 ਦਿਨ ਦਾ ਫੁੱਲ ਫਲੈਜਾ ਮੇਲਾ ਆ 11 ਰਿਵਰ ਦੇ ਕੰਢੇ 'ਤੇ ਚੱਲਦਾ ਦੋਵਾਂ ਪਾਸੇ ਉਹ ਪਰਲੇ ਪਾਸੇ ਵੀ ਹੈ ਅਤੇ ਆਪਾਂ ਜਿਹੜੇ ਪਾਸੇ ਖੜ੍ਹੇ ਹਾਂ ਇੱਧਰਲੇ ਪਾਸੇ ਆ ਇੱਥੇ ਹੁਣੇ ਹੁਣੇ ਆਪਾਂ ਜਿਹੜਾ ਪਾਣੀ ਦੇ ਵਿੱਚ ਉਹ ਬੋਟਿੰਗ ਬੋਟ ਦੇ ਨਾਲ ਕਰ ਰਹੀ ਸੀਗੀ ਕੁੜੀ ਕਰਤਬ ਦਿਖਾਰੀ ਸਕਦੇ $10 ਦੀ ਗੇਮ ਆ ਕਹਿੰਦੇ ਜਵਾਕਾਂ ਇਹਦੇ ਮੂੰਹ 'ਚ ਪਾਓ ਅਤੇ ਆ ਇੱਧਰ ਆਊਗਾ 2 ਨੰਬਰ ਉਹ ਦੇਖ ਕੇ ਪਾਉਣਾ ਪਊਗਾ ਤੈਨੂੰ ਤਾਂ ਹੀ ਜੇ ਹਾਈਐਸਟ ਨੰਬਰ ਹੋਣਗੇ ਤਾਂ ਤੈਨੂੰ ਆਊਗਾ ਸਿੰਘ ਦੀ ਵਾਰੀ ਆ ਕਹਿੰਦਾ ਅੰਬੋਜ ਕਹਿੰਦਾ ਮੈਂ ਵੇਖਣਾ ਮੇਲਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੀ ਹੁੰਦੀਆਂ ਨੇ ਹੋਰ ਵੀ ਹਾਲ ਇਹ ਦੇ ਨਾ ਬੈਟਰ ਕਰ ਰਿਹਾ ਸਨੇਹ ਨਾਲੋਂ ਓ ਵਾਹ ਕੀ ਮਿਲੂਗਾ ਬਈ ਤੈਨੂੰ ਉਹ ਆਹ ਲੜਾਓ ਤੀਰ ਕਮਾਨ ਜਾ ਆਹ ਵਧੀਆ ਠੀਕ ਹੈ ਪੱਕਾ ਠੀਕ ਹੈ ਔਰ ਸ਼ਾਮ ਦਾ ਵੇਲਾ ਪੂਰਾ ਮੇਲਾ ਭਖਿਆ ਰੇਹੜੀਆਂ ਦੀ ਸਾਹ ਇਹਨਾਂ ਨੇ ਟਰੱਕ ਬਣਾਏ ਫੂਡ ਟਰੱਕ ਉਹਦੇ ਵਿੱਚ ਹੁੰਦਾ ਯਾਰਾ ਰਿਵਰ ਦੇ ਇੱਧਰਲੇ ਪਾਸੇ ਆ ਆਹ ਸਿਟੀ ਟਾਊਨ ਮਿਲਦੀ ਆ ਬਿਲਡਿੰਗ ਅਤੇ ਉੱਧਰਲੇ ਪਾਸੇ ਵੀ ਚੱਲਦੇ ਆ ਉੱਧਰੋਂ ਦੀ ਘੁੰਮ ਕੇ ਜਾਣਾ ਪੈਣਾ ਵਾਹਵਾ ਜੀ ਬਹੁਤ ਭੀੜ ਆ ਪੂਰਾ ਕਾਫੀ ਮਸ਼ਹੂਰ ਹੁੰਦਾ ਇਹ ਇੱਥੇ ਪਰ ਇਹ ਹੁਣ 2 ਸਾਲ ਤੋਂ ਲੱਗਿਆ ਨਹੀਂ ਗਾ ਕੋਵਿਡ ਦੇ ਕਰਕੇ
ਚੱਲਦੇ ਅੱਗੇ ਵੇਖਦੇ ਹਾਂ ਕੀ ਆਹ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਆ ਚਾਰ ਪੰਜ ਬੰਦੇ ਬਿਠਾਉਂਦੇ ਨੇ ਫਿਰ ਉਹਨਾਂ ਚੱਕ ਕੇ ਚੰਗੇ ਚੱਕਰ ਘੁੰਮਾਉਂਦੇ ਉਹਨਾਂ ਨੂੰ ਘੜਾਉਂਦੇ ਚੱਕਰਾਂ ਦੀਆਂ ਅੱਗੇ ਹੋ ਕੇ ਵੇਖ ਲਿਆ ਕੀ ਆ ਪਚਕਾਰੀਆਂ ਜੀ ਮਾਰਦੇ ਆ ਤੇ ਉਹਦੇ ਨਾਲ ਨੰਬਰ ਦੇ ਪੁਆਇੰਟ ਕੁਛ ਮੇਲਿਆਂ ਦੇ ਵਿੱਚ ਜਿਹੜੀਆਂ ਟਿਪੀਕਲ ਚੀਜ਼ਾਂ ਹੁੰਦੀਆਂ ਨੇ ਉਹੀ ਨੇ ਇੱਥੇ ਇਹ ਆ ਕਿ ਵੀ ਇਹਨਾਂ ਦੀ ਆਟਾ ਲੁੱਟਾ ਜ਼ਿਆਦਾ ਲੱਗੀਆਂ ਅੱਜ ਕੱਲ੍ਹ ਆਪਣੇ ਵੀ ਹੈਗਾ ਸਾਰਾ ਕੁਛ ਬਣ ਗਿਆ ਅਮਤੋਜ ਆਹ ਤੁਹਾਡੀ ਵੱਡੀ ਪਾਈ ਆ ਓਏ ਹੈ ਠੰਡ ਲੱਗਦੀ ਸੀ ਉਦੋਂ ਤਾਂ ਬੜਾ ਬਣਿਆ ਸੀਗਾ ਕਿ ਵੀ ਜਿਵੇਂ ਭਲਵਾਨ ਹੁੰਦਾ ਤੇ ਹੁਣ ਆਪਣੀ ਆਹ ਪਾਈ ਏਡੀ ਵੱਡੀ ਜੈਕਟ ਆਪਣੀ ਲੈ ਕੇ ਨਹੀਂ ਆਇਆ ਹੈ ਹੁਣ ਸਾਡੀ ਧਰਵਾਲੀ ਜੀ ਜੈਕਟ ਘਰ ਚੱਲੀਏ ਕਿਉਂ ਤੈਨੂੰ ਭੀੜ ਤੋਂ ਡਰ ਲੱਗ ਰਿਹਾ ਹਾਂ ਫਿਰ ਇੰਜੋਏ ਕਰਨਾ ਯਾਰਾ ਦੇ ਕੇ ਵਧੀਆ ਮੇਲਾ ਹੈ ਅੱਛਾ ਠੰਡ ਲੱਗ ਰਹੀ ਹੈ ਇਹਨੂੰ ਓਕੇ ਪਹਿਲਾਂ ਅਸੀਂ ਆਪਾਂ ਯਾਰਾ ਰਿਵਰ ਦੇ ਪਰਲੇ ਪਾਸੇ ਅਤੇ ਹੁਣ ਆਪਾਂ ਇੱਧਰ ਆ ਗਏ ਵਾਹ ਇਹ ਹੈਗਾ ਇਹਦਾ ਦੂਸਰਾ ਪਾਸਾ ਯਾਰ ਰਿਵਰ ਕਹਿੰਦੀ ਆਹ ਦੇਖ ਲਓ ਮੂੰਬਾ ਫੈਸਟੀਵਲ ਆਪਾਂ ਨੋ ਅਲਕੋਹਲ ਅਲਾਊਡ ਸ਼ਰਾਬ ਜ਼ਰੂਰ ਨਹੀਂ ਅਲਾਊਡ ਹੈਗੀ ਇੱਥੇ ਕਿਉਂਕਿ ਪੀ ਕੇ ਆਏਗਾ ਤਾਂ ਉਹਨੂੰ ਹੋਏਗਾ ਫਾਈਨ ਇਤਨੀ ਸਾਈਡ 'ਤੇ ਵੀ ਉਵੇਂ ਦੇ ਝੂਲੇ ਵਗੈਰਾ ਹੀ ਨੇ ਜਿਹੜੇ ਆ ਜਾਂ ਖਾਣ ਪੀਣ ਦਾ ਸਮਾਨ ਹੋਇਆ ਜਾਂ ਬੱਚਿਆਂ ਦੇ ਖੇਡਣ ਵਾਲਾ ਉਹੋ ਜਿਹੀ ਜਗਾੜਿਆ ਉਨੀ ਭੀੜ ਇੱਧਰ ਇੱਕ ਬੜੀ ਇੰਟਰਸਟਿੰਗ ਗੇਮ ਆ ਕਹਿੰਦੇ ਵੀ ਆ ਜਿਹੜਾ ਪਲੇਟਾਂ ਦੀ ਲਾਈਨ ਤੋੜ ਦੇਗਾ ਪਹਿਲਾਂ ਉਹ ਢੂੰਬ ਲਏਗਾ ਕੁਛ ਨਾ ਕੁਛ ਫੈਸਟੀਵਲ ਦਾ ਕਾਫੀ ਆ ਅਟ੍ਰੈਕਸ਼ਨ ਵੀ ਰਾਤ ਨੂੰ 9:15 ਦਾ ਫਾਇਰ ਵਰਕ ਫੈਸਟੀਵਲ ਵੇਖ ਲਿਆ ਜੀ ਇਹ ਤਾਂ ਹੁਣ ਮੁੱਕਣ 'ਤੇ ਨਹੀਂ ਆਉਂਦਾ ਹਾਲੇ ਵੀ ਲੋਕ ਬੜੇ ਹੈਣ ਆਪਾਂ ਚੱਲਦੇ ਹਾਂ ਘਰ ਨੂੰ ਅਤੇ ਟਾਈਮ ਬੜਾ ਹੋ ਗਿਆ ਜੀ ਅਤੇ ਮਿਲਦਿਆਂ ਜੀ ਸਾਰਿਆਂ ਨੂੰ ਬਾਅਦ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਗੁੱਡ ਬਾਏ ਗੁੱਡ ਨਾਈਟ